ਬ੍ਰੇਕ ਤੋਂ ਬਾਅਦ ਸਾਰੇ ਹੀ ਦਰਸ਼ਕਾਂ ਦਾ ਮੁੜ ਤੋਂ ਸਵਾਗਤ ਹੈ ਅਤੇ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬ ਟੀਵੀ। ਹੁਣ ਰੁਕ ਕਰਦੇ ਹਾਂ ਅਗਲੀ ਖਬਰ ਵੱਲ। ਪੰਜਾਬ ਕਾਂਗਰਸ ਵਿਧਾਇਕ ਰਜਿੰਦਰ ਕੌਰ ਭੱਠਲ ਨੇ ਕੇਂਦਰ ਸਰਕਾਰ ਵੱਲੋਂ 1984 ਦੇ ਪੀੜਤਾਂ ਨੂੰ ਮੁਆਵਜ਼ਾ ਦੇਣ ਦੇ ਕੀਤੇ ਗਏ ਮਜ਼ਾਕ ਦੀ ਸਖ਼ਤ ਨਿੰਦਾ ਕੀਤੀ ਹੈ। ਕੇਂਦਰ ਵੱਲੋਂ ਕੀਤੇ ਗਏ ਇਸ ਮਜ਼ਾਕ ਤੋਂ ਬਾਅਦ ਵੀ ਅਕਾਲੀ ਦਲ ਦੀ ਚੁੱਪੀ ਉੱਤੇ ਬੀਬੀ ਭੱਠਲ ਨੇ ਸਵਾਲ ਖੜੇ ਕੀਤੇ ਨੇ। ਹਰਿੰਦਰ ਕੌਰ ਭੱਠਲ ਨੇ ਮੁਆਵਜ਼ੇ ਲਈ ਐਲਾਨੀ ਗਈ ਰਕਮ ਬਾਬਤ ਖੁਲਾਸਾ ਕਰਦੇ ਹੋਏ ਜਾਣਕਾਰੀ ਦਿੱਤੀ ਕਿ ਮਨਮੋਹਨ ਸਿੰਘ ਸਰਕਾਰ ਵੱਲੋਂ ਦੰਗਾ ਪੀੜਤਾਂ ਲਈ 700 ਕਰੋੜ ਰੁਪਏ ਦਾ ਮੁਆਵਜ਼ਾ ਐਲਾਨਿਆ ਗਿਆ ਸੀ, ਜਿਸ ਦੀ ਇੱਕ ਬਚੀ ਹੋਈ ਕਿਸ਼ਤ ਨੂੰ ਮੋਦੀ ਸਰਕਾਰ ਨੇ ਆਪਣੇ ਵੱਲੋਂ 5-5 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਭੱਠਲ ਮੁਤਾਬਕ ਮੋਦੀ ਸਰਕਾਰ ਨੇ ਕੋਈ ਨਵੇਂ ਮੁਆਵਜ਼ੇ ਦਾ ਐਲਾਨ ਨਹੀਂ ਕੀਤਾ ਹੈ, ਸਗੋਂ ਜਾਰੀ ਹੋਣ ਵਾਲੀ ਗ੍ਰਾਂਟ ਮਨਮੋਹਨ ਸਿੰਘ ਸਰਕਾਰ ਵੱਲੋਂ ਮਨਜ਼ੂਰ ਕੀਤੀ ਗਈ ਸੀ। ਅਕਾਲੀ ਦਲ ਉੱਤੇ ਤਿੱਖੇ ਵਾਰ ਕਰਦੇ ਹੋਏ ਭੱਠਲ ਨੇ ਇਲਜ਼ਾਮ ਲਗਾਇਆ ਹੈ ਕਿ ਪੰਜਾਬ ਦੇ ਹਾਲਾਤ ਖਤਰਨਾਕ ਮੋੜ ਉੱਤੇ ਪਹੁੰਚ ਚੁੱਕੇ ਨੇ, ਪਰ ਅਕਾਲੀਆਂ ਨੂੰ ਸਿਰਫ ਆਪਣੀਆਂ ਕੁਰਸੀਆਂ ਨਾਲ ਪਿਆਰ ਹੈ। 84 ਦੇ ਪੀੜਤਾਂ ਨੂੰ ਮੁਆਵਜ਼ਾ ਦੇਣ ਦਾ ਐਲਾਨ ਕਰਨ ਤੋਂ ਬਾਅਦ ਮੁੱਕਰਨ ਵਾਲੀ ਕੇਂਦਰ ਸਰਕਾਰ ਬੀਜੇਪੀ ਦੇ ਨੈਸ਼ਨਲ ਸੈਕਟਰੀ ਆਰਪੀ ਸਿੰਘ ਜਲੰਧਰ ਵਿੱਚ 1984 ਸਿੱਖ ਕਤਲੇਆਮ ਦੇ ਪੀੜਤਾਂ ਦੀਆਂ ਸਮੱਸਿਆਵਾਂ ਜਾਣਨ ਲਈ ਪਹੁੰਚੇ। ਸਿੱਖ ਕਤਲੇਆਮ ਦੇ ਦੰਗੇ ਪੀੜਤਾਂ ਨੇ ਆਰਪੀ ਸਿੰਘ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਹੈ ਅਤੇ ਆਰਪੀ ਸਿੰਘ ਨੇ ਪੀੜਤਾਂ ਨੂੰ ਵਿਸ਼ਵਾਸ ਦਿੱਤਾ ਹੈ ਕਿ ਉਹਨਾਂ ਦੀਆਂ ਮੁਸ਼ਕਲਾਂ ਨੂੰ ਕੇਂਦਰ ਤੱਕ ਜ਼ਰੂਰ ਪਹੁੰਚਾਇਆ ਜਾਵੇਗਾ। ਮੈਂ ਸਪੈਸ਼ਲੀ ਅੱਜ 84 ਦੇ ਜਿਹੜੇ ਸਾਡੇ ਵੀਰ ਇੱਥੇ ਫੈਮਿਲੀ ਹੈਗੇ ਨੇ ਉਹਨਾਂ ਨੂੰ ਮਿਲਣ ਆਇਆ ਸੀ, ਉਹਨਾਂ ਦੇ ਕੁਝ ਏਜੰਡਾ ਸੀ, ਇਸ਼ੂ ਸੀ, ਦੇ ਵੀ ਕਾਲਿੰਗ ਮੀ ਅਪ ਕਿ ਸਾਡੇ ਕੋਲ ਆਓ ਸਮਝੋ ਗੱਲ ਨੂੰ, ਉਸ ਕਰਕੇ ਆਇਆ ਸੀ। ਇਹਨਾਂ ਨੇ ਆਪਣਾ ਇੱਕ ਮੰਗ ਪੱਤਰ ਦਿੱਤਾ, ਉਹਦੇ ਜਿਹੜੇ ਸਾਡੇ ਸੈਂਟਰਲ ਨਾਲ ਰਿਲੇਟਡ ਇਸ਼ੂਜ਼ ਨੇ ਸਿੱਟ ਵਗੈਰਾ ਦੇ, ਉਹ ਮੈਂ ਉੱਥੇ ਪਰਸੂ ਕਰਾਂਗਾ, ਆਈ ਵਿਲ ਪਰਸੂ ਦੈਟ ਦੇਅਰ। ਔਰ ਜੇ ਲੋਕਲ ਗਵਰਨਮੈਂਟ ਇਸ਼ੂ ਤਾਂ ਉਹਨਾਂ ਦੇ ਉੱਥੇ ਉਹ ਵੀ ਇੱਥੇ ਕੇਸ ਕਰਾਂਗੇ, ਜਿਹੜੇ ਇਹਨਾਂ ਦੇ ਇਸ਼ੂਜ਼ ਪੈਂਡਿੰਗ ਨੇ ਉਹ 84 ਦੇ ਜਿਹੜੇ ਰੋਇਟ ਜਿਹੜੇ ਉਸ ਦੇ ਕਤਲੇਆਮ ਦੇ ਜਿਹੜੇ ਪੀੜਤ ਨੇ ਉਹਨਾਂ ਦਾ ਮਾਮਲਾ ਗੱਲ ਕਰਨ ਆਇਆ ਸੀ। ਬੀਤੇ ਦਿਨ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਖਾਲਿਸਤਾਨ ਦੇ ਕਾਰਕੁਨ ਹਰਮਿੰਦਰ ਸਿੰਘ ਮਿੰਟੂ ਨੇ ਪੁੱਛਗਿੱਛ ਦੌਰਾਨ ਕਈ ਸਨਸਨੀਖੇਜ਼ ਖੁਲਾਸੇ ਕੀਤੇ ਨੇ। ਮਿੰਟੂ ਨੇ ਸਪੈਸ਼ਲ ਟੀਮ ਨੂੰ ਦੱਸਿਆ ਕਿ ਉਸਨੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਨੂੰ 5 ਹੋਰ ਮੁਲਕਾਂ ਨਾਲ ਮਿਆਂਮਾਰ ਸਰਹੱਦ ਉੱਤੇ ਮਿਮੋਟ ਇਲਾਕੇ ਵਿੱਚ ਅੱਤਵਾਦੀ ਟ੍ਰੇਨਿੰਗ ਵੀ ਦਿਵਾਈ ਸੀ। ਜਲੰਧਰ ਦੇ ਪਿੰਡ ਡੱਲੀ ਦੇ ਰਹਿਣ ਵਾਲੇ ਖਾਲਿਸਤਾਨ ਦੇ ਕਾਰਕੁਨ ਹਰਮਿੰਦਰ ਸਿੰਘ ਮਿੰਟੂ ਨੇ ਕਈ ਖੁਲਾਸੇ ਕੀਤੇ ਨੇ। ਮਿੰਟੂ ਕੋਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਮਿੰਟੂ ਸਮੇਤ 6 ਅੱਤਵਾਦੀਆਂ ਨੂੰ 10 ਦਿਨਾਂ ਤੱਕ ਵਿਸ਼ੇਸ਼ ਟ੍ਰੇਨਿੰਗ ਦਿੱਤੀ ਗਈ, ਜਿਸ 'ਚ ਸੀਰੀਅਲ ਬੰਬ ਧਮਾਕੇ ਦੀ ਟ੍ਰੇਨਿੰਗ ਵੀ ਸ਼ਾਮਲ ਸੀ। ਟ੍ਰੇਨਿੰਗ ਲਈ ਆਈਐਸਆਈ ਵੱਲੋਂ ਕਰਨਲ ਰੈਂਕ ਦਾ ਅਧਿਕਾਰੀ ਤੈਨਾਤ ਸੀ। ਮਿੰਟੂ ਦੇ ਨਾਲ ਜਿਨ੍ਹਾਂ 5 ਅੱਤਵਾਦੀਆਂ ਨੇ ਟ੍ਰੇਨਿੰਗ ਲਈ ਸੀ ਉਹ ਯੂਰਪ ਦੇ ਸਨ। ਫਿਲਹਾਲ ਸਪੈਸ਼ਲ ਟੀਮ ਹੁਣ ਉਹਨਾਂ 5 ਅੱਤਵਾਦੀਆਂ ਬਾਰੇ ਵੀ ਮਿੰਟੂ ਤੋਂ ਪੁੱਛਗਿੱਛ ਕਰ ਰਹੀ ਹੈ। ਬਿਊਰੋ ਰਿਪੋਰਟ, ਗਲੋਬਲ ਪੰਜਾਬ ਟੀਵੀ। ਪਟਿਆਲਾ ਪੁਲਿਸ ਵੱਲੋਂ ਵਿੱਢੀ ਗਈ ਮੁਹਿੰਮ ਤਹਿਤ ਉਸ ਵਕਤ ਵੱਡੀ ਸਫਲਤਾ ਹਾਸਲ ਹੋਈ ਹੈ ਜਦੋਂ ਪੁਲਿਸ ਨੇ ਗਾਡੀਆਂ ਦੀ ਲੁੱਟ ਖੋਹ ਕਰਨ ਵਾਲੇ ਇੱਕ ਵੱਡੇ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਗਿਰੋਹ ਪੁਲਿਸ ਦੀ ਵਰਦੀ ਪਾ ਕੇ ਗੱਡੀ ਉੱਤੇ ਨੀਲੀ ਬੱਤੀ ਲਗਾ ਕੇ ਅਸਲੇ ਦੀ ਨੋਕ ਉੱਤੇ ਸੜਕਾਂ ਉੱਤੇ ਗੱਡੀਆਂ ਦੀ ਲੁੱਟ ਖੋਹ ਕਰਦੇ ਸੀ। ਐਸਐਸਪੀ ਨੇ ਦੱਸਿਆ ਕਿ ਥਾਣਾ ਅਨਾਜ ਮੰਡੀ ਜ਼ਿਲ੍ਹਾ ਪਟਿਆਲਾ ਦੀ ਪੁਲਿਸ ਪਾਰਟੀ ਚੈਕਿੰਗ ਦੇ ਸੰਬੰਧ ਵਿੱਚ ਪਿੰਡ ਚਲੈਲਾ ਨੇੜੇ ਮੌਜੂਦ ਸੀ ਤਾਂ ਇਹ ਖੁਫੀਆ ਇਤਲਾਹ ਮਿਲੀ ਕਿ ਕਰਤਾਰਪੁਰ ਹਾਲ ਵਾਸੀ ਅਰਬਨ ਅਸਟੇਟ ਪਟਿਆਲਾ ਨੇ ਹਾਈਵੇ ਦੇ ਗੱਡੀਆਂ ਦੀ ਲੁੱਟ ਖੋਹਾਂ ਅਤੇ ਨਸ਼ੇ ਦੀ ਤਸਕਰੀ ਕਰਨ ਵਾਲਾ ਇੱਕ ਗੈਂਗ ਬਣਾਇਆ ਹੋਇਆ, ਜਿਨ੍ਹਾਂ ਦੇ ਖਿਲਾਫ ਪਹਿਲਾਂ ਵੀ ਲੁੱਟ ਖੋਹਾਂ, ਡਕੈਤੀਆਂ, ਨਸ਼ਾ ਤਸਕਰੀ, ਕਤਲ ਅਤੇ ਹੋਰ ਸੰਗੀਨ ਜੁਰਮਾਂ ਦੇ ਵੱਖ ਵੱਖ ਥਾਣਿਆਂ ਵਿੱਚ ਕੇਸ ਦਰਜ ਨੇ। ਉਹ 4 ਉਹਦੇ ਗੈਂਗ ਦੇ ਮੈਂਬਰ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਦੇ ਨਾਂ ਸ਼ੇਰ ਸਿੰਘ ਸ਼ੇਰਾ, ਅਮਰੀਕ ਸਿੰਘ ਦੇਦਨਾ, ਸਰਪ੍ਰੀਤ ਸਿੰਘ ਰਿੰਪੀ, ਜਗਸੀਰ ਸਿੰਘ ਕਲਵਾਣੂ, ਇਹਨਾਂ ਤੋਂ 3 ਗੱਡੀਆਂ ਜਿਹੜੀਆਂ ਸਨੈਚ ਕੀਤੀਆਂ ਹੋਈਆਂ ਨੇ ਪਹਿਲਾਂ ਹੀ ਗਨ ਪੁਆਇੰਟ 'ਤੇ, ਉਹ ਰਿਕਵਰ ਕੀਤੀਆਂ ਨੇ, 3 ਵੈਪਨ ਜਿਹੜੇ ਆ ਮਾਰੂ ਹਥਿਆਰ ਨੇ, ਆਟੋਮੈਟਿਕ ਪਿਸਟਲ ਔਰ ਰਿਵੋਲਵਰ ਇਹਨਾਂ ਤੋਂ ਗ੍ਰਿਫਤਾਰ ਰਿਕਵਰ ਕੀਤੇ ਨੇ। ਇਹ ਬਹੁਤ ਪੁਰਾਣੇ ਕ੍ਰਾਈਮ ਦੇ ਵਿੱਚ ਨੇ। ਇੱਕ ਤਾਂ ਅਮਰੀਕ ਦੇ ਦਿਨਾਂ ਤਾਂ ਸਜ਼ਾ ਵੀ ਕਾਫੀ ਭੁਗਤ ਚੁੱਕਿਆ ਪਹਿਲਾਂ NDPA ਦੇ ਕੇਸਾਂ ਦੇ ਵਿੱਚ, ਪਰੋਲ ਦੇ ਦੌਰਾਨ ਇਹਨੇ ਕ੍ਰਾਈਮ ਕਰਨ ਦੁਆਰੇ ਲੱਗੇ ਸੀ। ਇਹ ਗੈਂਗ ਪਟਿਆਲਾ ਦੇ ਆਸ ਪਾਸ ਦੇ ਏਰੀਆ ਵਿੱਚ ਸਰਗਰਮ ਹੈ। ਇਸ ਗੈਂਗ ਦੇ ਮੈਂਬਰਾਂ ਕੋਲ ਪਿਸਤੌਲ, ਰਿਵਾਲਵਰ ਅਤੇ ਹੋਰ ਮਾਰੂ ਹਥਿਆਰ ਹਨ ਅਤੇ ਇਹ ਵਾਰਦਾਤ ਕਰਨ ਸਮੇਂ ਗੱਡੀ ਦੇ ਗਲਤ ਨੰਬਰ ਲਗਾ ਲੈਂਦੇ ਨੇ। ਇਹ ਗੈਂਗ ਦਾ ਲੀਡਰ ਅਮਰੀਕ ਸਿੰਘ ਹੈ ਜੋ ਕੇਂਦਰੀ ਜੇਲ੍ਹ ਪਟਿਆਲਾ ਤੋਂ ਛੁੱਟੀ 'ਤੇ ਆਇਆ ਹੋਇਆ, ਜੋ ਇਹ ਗੈਂਗ ਦੇ ਮੈਂਬਰ ਸ਼ੇਰ ਸਿੰਘ ਸੇਰਾ ਘਰ ਦਰਸ਼ਨ ਨਗਰ ਪਟਿਆਲਾ ਵਿੱਚ ਅਕਸਰ ਇਕੱਠੇ ਹੁੰਦੇ ਨੇ ਅਤੇ ਫੱਗਣ ਮਾਜਰਾ ਅੱਡੇ ਦੇ ਨਜ਼ਦੀਕ ਖਾਲੀ ਪਏ ਬੇਅਦਬੀ ਡਿਸਪੈਂਸਰੀ ਦੀ ਬਿਲਡਿੰਗ ਵਿੱਚ ਕਿਸੇ ਡਕੈਤੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤੰਗ ਵਿੱਚ ਸੀ। ਪਾਰਟੀ ਵੱਲੋਂ ਮੌਕੇ 'ਤੇ ਇਹਨਾਂ 'ਤੇ ਰੇਡ ਕੀਤੀ ਗਈ, ਪਰੰਤੂ ਇਹ ਸਾਰੇ ਉਕਤਾਨ ਦੋਸ਼ੀਆਂ ਮੌਕੇ 'ਤੇ ਫਰਾਰ ਹੋ ਗਏ ਅਤੇ ਕਾਬੂ ਨਹੀਂ ਆਏ। ਬਿਊਰੋ ਰਿਪੋਰਟ, ਗਲੋਬਲ ਪੰਜਾਬ ਟੀਵੀ। ਸੰਤ ਬਾਬਾ ਹਜ਼ਾਰਾ ਸਿੰਘ ਜੀ ਦੇ ਪਾਵਨ ਤਪ ਅਸਥਾਨ ਗੁਰਦੁਆਰਾ ਅੰਗੀਠਾ ਸਾਹਿਬ ਵਿਖੇ ਛੋਟੇ ਬੱਚਿਆਂ ਦੇ ਧਾਰਮਿਕ ਭਾਸ਼ਣ ਮੁਕਾਬਲੇ ਕਰਵਾਏ ਗਏ ਨੇ। ਇਸ ਸਮਾਗਮ ਵਿੱਚ ਵੱਡੀ ਗਿਣਤੀ 'ਚ ਲੋਕਾਂ ਬੱਚਿਆਂ ਵੱਲੋਂ ਹਿੱਸਾ ਲਿਆ ਗਿਆ ਅਤੇ ਅਵਲ ਆਏ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਧਾਰਮਿਕ ਭਾਸ਼ਣ ਮੁਕਾਬਲੇ ਕਰਵਾਉਣ ਤੋਂ ਪਹਿਲਾਂ ਗੁਰਦੁਆਰਾ ਅੰਗੀਠਾ ਸਾਹਿਬ ਵਿਖੇ ਹੀ 3 ਮਹੀਨੇ ਤੋਂ ਲਗਾਤਾਰ ਇਹਨਾਂ ਬੱਚਿਆਂ ਨੂੰ ਗੁਰਮਤਿ ਸਿੱਖਿਆ ਨਾਲ ਜੋੜਿਆ ਗਿਆ ਸੀ।
ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਨਿੱਕੇ ਘੁੰਮਣ ਵਿਖੇ ਸੰਤ ਬਾਬਾ ਹਜ਼ਾਰਾ ਸਿੰਘ ਜੀ ਦੇ ਪਾਵਨ ਤਪ ਅਸਥਾਨ ਗੁਰਦੁਆਰਾ ਅੰਗੀਠਾ ਸਾਹਿਬ ਵਿਖੇ ਅੱਜ ਗੁਰਮਤਿ ਸਿੱਖਿਆ ਦੇ ਆਧਾਰਿਤ ਸਿੱਖ ਧਾਰਮਿਕ ਮੁਕਾਬਲੇ ਕਰਵਾਏ ਗਏ। ਇਸ ਤਪ ਅਸਥਾਨ ਤੇ ਮੁੱਖ ਸੇਵਾਦਾਰ ਅਤੇ ਸੰਤ ਬਾਬਾ ਹਜ਼ਾਰਾ ਸਿੰਘ ਜੀ ਦੇ ਪੋਤਰੇ ਬਾਬਾ ਬੋਧ ਸਿੰਘ ਜੀ ਨੇ ਦੱਸਿਆ ਕਿ ਉਹਨਾਂ ਵੱਲੋਂ ਪਿਛਲੇ ਕਰੀਬ 1 ਸਾਲ ਤੋਂ ਇਲਾਕੇ ਅਤੇ 2 ਛੋਟੇ 4 ਸਾਲ ਤੋਂ ਲੈ ਕੇ 14 ਸਾਲ ਦੇ ਬੱਚਿਆਂ ਨੂੰ ਗੁਰਮਤਿ ਸਿੱਖਿਆ ਦੇਣ ਦਾ ਉਪਰਾਲਾ ਸ਼ੁਰੂ ਕੀਤਾ ਗਿਆ, ਜਿਸ ਦੇ ਤਹਿਤ ਛੋਟੇ ਬੱਚਿਆਂ ਦੇ ਇੱਕ ਵਿਸ਼ੇਸ਼ 3 ਮਹੀਨੇ ਲਗਾਤਾਰ ਕਲਾਸਾਂ ਚਲਾਈਆਂ ਗਈਆਂ ਅਤੇ 3 ਪੜੇ ਤੋਂ ਬਾਅਦ ਹੁਣ ਉਹਨਾਂ ਦੇ ਮੁੱਖ ਮੁਕਾਬਲੇ ਕਰਵਾਏ ਗਏ ਅਤੇ ਉਹਨਾਂ ਆਖਿਆ ਕਿ ਸਮਾਜ ਵਿੱਚ ਫੈਲੀਆਂ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਅਤੇ ਸਿੱਖੀ ਸਿਧਾਂਤਾਂ ਨਾਲ ਸਿੱਖ ਬੱਚਿਆਂ ਨੂੰ ਜੋੜਨ ਦੇ ਮਕਸਦ ਨਾਲ ਇਹ ਉਪਰਾਲੇ ਕੀਤੇ ਜਾ ਰਹੇ ਨੇ ਅਤੇ ਇਹਨਾਂ ਮੁਕਾਬਲਿਆਂ ਵਿੱਚ ਹਿੱਸਾ ਲੈ ਰਹੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਵੱਖ ਵੱਖ ਕਰੀਬ 4 ਲੱਖ ਰੁਪਏ ਦੇ ਉਪਹਾਰਾਂ ਨਾਲ ਸਨਮਾਨਿਤ ਵੀ ਕੀਤਾ ਗਿਆ। ਪਿਛਲੇ 9 ਮਹੀਨੇ ਤੋਂ ਇਸ ਸਮਾਗਮਾਂ ਦੀ ਲੜੀ ਸ਼ੁਰੂ ਕੀਤੀ ਗਈ ਹੈ, ਜਿਹਦੇ ਵਿੱਚ ਛੋਟੇ ਛੋਟੇ ਬੱਚਿਆਂ ਨੂੰ ਪਿੰਡਾਂ ਤੋਂ ਬੱਸਾਂ ਦੇ ਵਿੱਚ ਇੱਥੇ ਲਿਆਂਦਾ ਜਾਂਦਾ ਹੈ, ਸ਼ਾਮ ਨੂੰ ਉਹਨਾਂ ਦੀ ਗੁਰਮਤਿ ਦੀ ਕਲਾਸ ਲਾਈ ਜਾਂਦੀ ਹੈ, ਖਾਣਾ ਖਵਾਉਣ ਤੋਂ ਬਾਅਦ ਉਹਨਾਂ ਬੱਚਿਆਂ ਨੂੰ ਬੱਸਾਂ ਰਾਹੀਂ ਫਿਰ ਘਰ ਘਰ ਤੱਕ ਪਹੁੰਚਾਇਆ ਜਾਂਦਾ ਹੈ, ਜਿਹਦੇ ਵਿੱਚ 3 ਮਹੀਨੇ ਦਾ ਇੱਕ ਰਾਊਂਡ ਹੁੰਦਾ ਹੈ, 3 ਮਹੀਨਿਆਂ ਬਾਅਦ ਬੱਚਿਆਂ ਦਾ ਟੈਸਟ ਲਿਆ ਜਾਂਦਾ ਹੈ ਅਤੇ ਬੱਚਿਆਂ ਨੂੰ ਜਿੱਥੇ ਸਕੂਲ ਕਿੱਟਾਂ, ਬਾਈਸਾਈਕਲ, ਵਾਸ਼ਿੰਗ ਮਸ਼ੀਨਾਂ, ਮੋਬਾਈਲ ਫੋਨ, ਫਰਿੱਜਾਂ ਉਹਨਾਂ ਨੂੰ ਗਿਫਟ ਦਿੱਤੇ ਜਾਂਦੇ ਨੇ ਤਾਂ ਕਿ ਬੱਚਿਆਂ ਦੇ ਵਿੱਚ ਇਹ ਉਤਸ਼ਾਹ ਵਧੇ। ਇਸ ਸਮਾਗਮ ਵਿੱਚ ਜਿੱਥੇ ਬੱਚਿਆਂ ਦੇ ਪਰਿਵਾਰਾਂ ਵੱਲੋਂ ਹਿੱਸਾ ਲਿਆ ਗਿਆ, ਉੱਥੇ ਹੀ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਵੀ ਸ਼ਿਰਕਤ ਕੀਤੀ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਵੱਲੋਂ ਵੀ ਇਸ ਸਮਾਗਮ ਦੀ ਸ਼ਲਾਘਾ ਕੀਤੀ ਗਈ ਅਤੇ ਅਵਲ ਆਏ ਬੱਚਿਆਂ ਦਾ ਕਿਣਾ ਵੀ ਕੀਤਾ ਗਿਆ। ਉਹਨਾਂ ਨੂੰ ਇੱਥੇ ਗੁਰਮਤਿ ਸਿੱਖਿਆ ਲੈਣ ਉੱਪਰ ਬਹੁਤ ਕੁਝ ਸਿੱਖ ਇਤਿਹਾਸ ਬਾਰੇ ਜਾਣਨ ਨੂੰ ਮਿਲਿਆ ਅਤੇ ਉਹਨਾਂ ਹੋਰ ਬੱਚਿਆਂ ਨੂੰ ਵੀ ਅਪੀਲ ਕੀਤੀ ਉਹ ਗੁਰਮਤਿ ਸਿੱਖਿਆ ਹਾਸਲ ਕਰ ਸਿੱਖੀ ਨਾਲ ਪੂਰਨ ਤੌਰ ਤੇ ਜੁੜਨ। ਬਹੁਤ ਸਾਰੀ ਕੌਮ ਦੇ ਬੱਚਿਆਂ ਨੂੰ ਚੰਗੇ ਸੁਣਾ ਜਾਂਦੇ ਆ, ਜਿਹੜੇ ਬੱਚੇ ਸ਼ੁੱਧ ਬਾਣੀ ਪੜ੍ਹਦੇ ਆ, ਕੰਪੀਟੀਸ਼ਨ ਕਰਦੇ ਆ, ਉਹਨਾਂ ਵੱਲ ਦੇਖ ਕੇ ਸਾਰੇ ਬੱਚੇ ਜਿਹੜੇ ਆ ਉਹ ਕੰਪੀਟੀਸ਼ਨ ਕਰਨਗੇ। ਆਉਣ ਵਾਲੇ ਸਮੇਂ 'ਚ ਜਿਹੜੇ IGPCO ਸਕੂਲਾਂ 'ਚ ਇਹ ਉਹ ਕੰਮ ਲਈ ਤਿਆਰ ਆ, ਜਾਣਾ ਉਹਨਾਂ ਨੇ ਕਰ ਰਹੇ ਨੇ। ਸਾਨੂੰ ਆਉਣ ਵਾਲੇ ਦਿਨਾਂ 'ਚ ਜਿਹੜੇ ਸਿੱਖੀ ਤੋਂ ਪੱਤਰ ਬੱਚੇ ਹੋ ਰਹੇ ਆ ਉਹ ਜਿਹੜੇ ਆ ਸਿੱਖ ਗੁਰਸਿੱਖ ਬਣ ਕੇ ਅਮਰ ਛਕਣਗੇ। 1 ਸਾਲ ਹੋ ਗਿਆ ਇਹ ਕੰਪੀਟੀਸ਼ਨ ਚੱਲਦਿਆਂ ਨੂੰ, ਇਸ ਕੰਪੀਟੀਸ਼ਨ ਦੇ ਵਿੱਚ ਆਣ ਕੇ ਬਹੁਤ ਵਧੀਆ ਲੱਗਿਆ ਹੈ ਅਤੇ ਮੈਂ ਆਪਣੇ ਵੀਰ ਭਰਾਵਾਂ ਨੂੰ, ਪਰਿਵਾਰਾਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਆਪਣੇ ਬੱਚਿਆਂ ਨੂੰ ਇੱਥੇ ਲੈ ਕੇ ਆਉਣ ਅਤੇ ਦੇਖਣ ਕੰਪੀਟੀਸ਼ਨ ਦੇ ਵਿੱਚ ਕਿ ਕਿਸ ਤਰ੍ਹਾਂ ਬੱਚੇ ਜਿਹੜੇ ਸਿੱਖਾਂ ਦੇ ਬੱਚੇ ਕੀ ਕਰ ਰਹੇ ਨੇ। ਅਤੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਹਾਂ, ਜੋੜ ਕੇ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਕੇਸ ਕਦੀ ਨਹੀਂ ਕਤਲ ਕਰਾਉਣੇ ਚਾਹੀਦੇ ਅਤੇ ਨਾ ਕੇਸ ਕਤਲ ਕਰਾਉਣ। ਉੱਥੇ ਇਸ ਗੁਰਮਤਿ ਸਿੱਖਿਆ ਦੇ ਕਰਵਾਏ ਗਏ ਧਾਰਮਿਕ ਮੁਕਾਬਲੇ ਦੌਰਾਨ ਜਿੱਥੇ ਛੋਟੇ ਬੱਚਿਆਂ ਨੂੰ ਸਕੂਲੀ ਕਿਤਾਬਾਂ ਅਤੇ ਬੈਗ ਦਿੱਤੇ ਗਏ, ਉੱਥੇ ਹੀ ਅਵਲ ਆਏ ਬੱਚਿਆਂ ਨੂੰ ਉਪਹਾਰ ਨਾਲ ਸਨਮਾਨਿਤ ਵੀ ਕੀਤਾ ਗਿਆ। ਬਿਊਰੋ ਰਿਪੋਰਟ, ਗਲੋਬਲ ਪੰਜਾਬ TV। ਸੋ ਪੰਜਾਬ ਨਿਊਜ਼ 'ਚ ਹੁਣ ਇੰਨਾ ਹੀ। ਨਵੇਂ ਅਤੇ ਤਾਜ਼ਾ ਖਬਰਾਂ ਲਈ ਤੁਸੀਂ ਵੇਖਦੇ ਰਹੋ ਗਲੋਬਲ ਪੰਜਾਬ TV। ਹੁਣ ਸਾਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।